ਗੜੀ ਦੇ ਅੰਦਰ ਹਨ ਔਰ ਗੜੀ ਨਹਿਰਿਛ ਕੇ ਹਾਦਸਾ ਹੋਇਆ ਸੱਤ ਲੋਕ ਉਸ ਹਾਦਸੇ ਦੇ ਅੰਦਰ ਸ਼ਹੀਦ ਹੋ ਗਏ ਇਤਨੇ ਤੇ ਨਿੰਨਾਏ ਕਿ ਸਾਲੇ ਕੋਲ ਕਹਿਤਾ ਕੋਣਾ ਹੈ ਤਨ ਵੀ ਆਪਣੀ ਲਾਲਚਾਈ ਉਹਨਾਂ ਦੀ ਕੋ ਚਿੰਗਚੀ ਸ਼ਰਾਫਤ ਦਿਖਲੋਤੀ ਚਿੰਗਚੀ ਮੰਗਦੇ ਦਿਆਂ ਉਸ ਦੌਰਾਨ ਹਨ ਤੋ ਉਹ ਰਫਰ ਚਾਹਤੇ ਮੈਸਟਰ ਪੁਸ਼ ਕੀਤੇ ਯਾਰੇ ਤੂੰ ਕਿਉਂ ਚਾਹਨਾ ਤੋ ਉਸ ਅਕੇਲਾ ਗੈਰਤੀਆ ਸ਼ਰਾਫਤ ਖਾਨ ਵਾਸਤੇ ਗੋਲੀ ਖਾਉਂ ਤੇ ਤਿਆਰ ਆ فاقا دی صورتحال ਆਉਣ ਲਈ ਆਖਰੀ ਨ ਬੱਚੇ ਦੀ ਪਰਵਰਿਸ਼ ਕੌਣ ਕਰੇ ਇਨੀ ਖਾਲੀ ਕੋਈ ਨਹੀਂ ਅਗਭੀ ਉਹਦੇ ਬੱਚੇ ਠੀਕ ਨੇ ਸੇਤ ਯਾਦ ਰੱਖਣ ਤਾਂ ਬਹੁਤ ਪਾਲ ਹੈ ਪੁਲਿਸ ਨੇ ਪੁੱਛਿਆ ਭਈ ਪੰਜ ਬੰਦੇ 6 ਅਸਾਂ ਨਾਲ ਖਲੋਤੇ ਸੀ ਹਾਂ ਭਈ ਇਹਨਾਂ ਜੋ ਕਿਹੜੇ ਬੰਦਾ ਹੈ ਜਿਹੜਾ ਜਿਹੜੇ ਪਰਚਾ ਦੇ ਸੰਯਾ ਸ਼ਰਾਫਤ ਖਾਨ ਤੋ ਯਕੀਨ ਕਰੋ ਉਹ ਬੰਦਾ ਟਰ ਹੈ ਉਸੇ ਕ ਮੇਰੇ ਤੇ ਉਹ ਚਾ ਪਰਚਾ ਤਿਆ ਸੀ ਜਾਂ ਕੋਈ ਬੰਦਾ ਸਾਡੇ ਕੋਲ ਫੈਤਤੀ ਨਹੀਂ ਲਗਾਇਆ ਬਈ ਇਤਨਾ ਵੱਡਾ ਹਾਸ ਹੋ ਗਿਆ ਉੱਥੇ ਗਏ ਨੇ ਮਦਦਾਂ ਨਹੀਂ ਦਿੱਤੀਆਂ ਨੇ ਸਭ ਕੁਝ ਉੱਥੇ ਕੀਤਾ ਨਹੀਂ ਮੋਬਾਈਲ ਤੋਂ ਅੱਜ ਕਿਨੋਂ ਸੰਸਿਮਾ ਦੇ ਉੱਚਾ ਸੇਮਤਾਨ ਕਰਾਂ ਗਰੀਬ ਬੰਦਾ ਇਹ ਕਹਿੰਦਾ ਦੁਕਾਨ ਵਾਲੇ ਤੇ ਦੇਵਣਾ ਹੋਵੇ ਕਹਿੰਦਾ ਕੁਛ ਦੇਵਣਾ ਉੱਥੇ ਬੰਦਾ ਕੋ ਦੇ ਦਿੱਤਾ ਗਿਨ कि बिस्पिल्ला रखमान रहीम तो सकते पाया नवाज शरण न्यूज़ से मैं अर्षद महमूद अर्शी नाजरीन जैसा कि तुम्हारे इलम्च है कि पिछले महीने की ब ग्रह बारह तारीख में एक बहुत बड़ा हादसा मीम वाली अंदर हो सारे भाई दोस्त शराफत अली खान और उन्हें छह साथी ग्डी के अंदर हम और गरी नहर चई हादसा होया सत लोग उस हादसे के अंदर शहीद हो गए ਤਾਂ ਦੋਸਤਾਂ ਨੇ ਬਹੁਤ ਜ਼ਿਆਦਾ ਸਵਾਲਾਂ ਵੀ ਸਾਰੇ ਤੇ ਕੀਤੇ ਔਰ ਜੈਨੂਨ ਗੱਲ ਆਈ ਜੈਸ ਗੱਲ ਆਈ ਸ਼ਰਾਫਤ ਅਲੀ ਖਾਨ ਬਲੋ ਬਿਲਾ ਸ਼ੁਬਾ ਬਹੁਤ بڑا ਨਾਮ ਆਈ ਸਾਰੇ ਫਿਰ ਆਈ ਔਰ ਲੇਕਿਨ ਉਹਨਾਂ ਦੇ ਨਾਲ ਜਿਹੜੇ 6 ਲੋਕ ਹੋਰ ਹਨ ਉਹਨਾਂ ਦੇ ਉੱਤੇ ਬੜਾ ਕੰਮ ਡਿਸਕਸ ਹੋਇਆ ਹੈ ਕਿ ਲੋਕਾਂ ਨੇ ਉਹਨਾਂ ਦੇ ਨਾਲ ਵਾਲੇ ਬੰਦੇ ਦੇ ਬਾਰੇ ਬੜਾ ਕੰਮ ਡਿਸਕਸ ਕੀਤਾ ਤੇ ਇਸ ਗੱਲੋਂ ਨਵਾਇ ਸ਼ਰਾ ਟੀਮ ਨੇ ਫੈਸਲਾ ਕੀਤਾ ਕਿ ਜਿਹੜੇ 6 ਹੋਰ ਲੋਕ ਨਾਲ ਸ਼ਹੀਦ ਹੋ ਗਏ ਹਨ ਸ਼ਰਾਫਤ ਖਾਨ ਦੇ ਨਾਲ ਪਾਣੀ ਦੇ ਅੰਦਰ ਉਹਨਾਂ ਦਾ ਵੀ ਜ਼ਿਕਰ ਕਰਸਾਂ ਅਨਵਾਰ ਅਲੀ ਖਾਨ ਹਨ ਉਹਨਾਂ ਦੇ ਛੋਟੇ ਭਾਈ ਹਨ ਆਮਿਰ ਖਾਨ मलक इशफाक नजब खान मुकद्र खान लेकिन इस वक्त मैं जिस घर से मौजूद आना जी उस शख्सियत ही कोई मतलब अनजान नहीं, आई ताहिर अब्बास उर्फ तैरू उन्हें तस्वीर ही सामने सकें तो चलती पे और ये शख्स आई तो मेरा ख्याल दो हजार चौदह पंद्रह तो या इस तू भी पहले तो खान दे दे तो और शराफत अली खानी सिंह द आया तो वो नाल आई और शराफत अली खान का बहुत अच्छा दोस्त भी आई और मतलब अग्न खांचक खिदमत गुजार भी आई उन्होंने घर के काम सारा निज़ाम टीम का मैनेजमेंट सारी लाई और हद तक इतना तक आई कि हूँ आखिरी चार साल तू बतौर गनमैन भी आ गया आई बतौर शराफत अली खान जिस किसी शोज वे तो रैफरी आ जाता जा मैं उसको पुषकद भी यार तू क्यों चाहना है तो उस आख लगा गैरतियाँ शराफत खान वास्त गोली खाने तैयार हाँ ताहिर अब्बास उफ तैरू داری رکھی اس ہن واڈے وال اور ٹک ٹاک اساں بڑھاؤں اگے تھائی کوئی سارا سا فنکشن آئی کہ جے جو بیچارہ نہ ہویا میں اوتے گھر موجود ہاں اور اے جڑے تساں معصوم بچے دیکھ تے پاؤ اے چھوٹے بچے اے طاہر عباس رہن کرائے دے مکان وچ رہائش پذیر آئی لیکن افسوس صد افسوس میرے سمیت میں تا اپنے آپ نو وی شامل کرے سان کہ میرے سمیت صلاح الدین خان دے کسے دوست نے وی انہاں بچن صد اوتے آکھ کھت نہیں رکھا ਔਰ ਮੈਂ ਤਾਂ ਹੁਣ ਇਹ ਵੀ ਗੱਲ ਕਰ ਰਸਾਂ ਕਿ ਅੱਲਾਹ ਪਾਕ ਖੈਰ ਕਰੇ ਤੇ ਸ਼ਰਾਫਤ ਅਲੀ ਖਾਨ ਦੇ ਵਾਸਤੇ ਉਹਦੇ ਬੱਚਾ ਵਾਸਤੇ ਤੱਕ ਕਰ ਕੋਈ ਮਸਲਾ ਕੋਈ ਨਹੀਂ ਕਿਉਂਕਿ ਮਾਸ਼ਾਅੱਲਾ ਸ਼ਰਾਫਤ ਖਾਨ ਜਿਹੜਾ ਕਮਾਇਆ ਹੈ ਉਹ ਸਾਰੇ ਸਾਹਮਣੇ ਉਹਦੇ ਬੱਚੇ ਤੇ ਅਨਵਾਰ ਦੇ ਬੱਚੇ ਸਾਰੇ ਵਾਸਤੇ ਕਾਬਿਲ ਇਤਰਾਮ ਹੈ ਨਾ ਉਹਨਾਂ ਦੇ ਲੱਗਦੇ ਲਿੰਦਿਆਂ ਉਹਨਾਂ ਦੇ ਚਾਚਿਆਂ ਤੇ ਇਹ ਵੀ ਇਹ ਵੀ ਤੇ ਸਾਰੇ ਬਤਰੀਜਾਂ ਕਿ ਆਸਾਂ ਇਹਨਾਂ ਦੇ ਬਾਰੇ ਗੱਲ ਕੀਤੀ ਹੈ ਇਸੇ ਤਰੀਕੇ ਨਾਲ ਜਿਹੜੇ ਹੋਰ ਪੰਜ ਲੋਕ ਬਚ ਗਏ ਮੈਂ ਉਹਨਾਂ ਦੇ ਘਰ ਹੀ ਵੈਸਾ उन्हनि जे बारे में बि डिस्कस कर मेरे मुक़दर नजोफे अनवार ख़ान उन्हनि ते बि डिस्कस करो केश फाक लेकिन मां हुन टाइम मौजूदु घर जे मंदरु तव्हां देख चुके तैरू तैरू जे बचे जहिड़े आहिनि परेशान आहिनि फाकनि जी सूरत हाल आण वारी आख़िर इन बचा जी परवरिश कौन करे मै हुकूमत वक्तू बि मां इज़ारिश करे उहे उलावा समाजी शख़्सियत वैसे त बड़े बड़े द न के इमदादां त कया उन्हनि इहे घर नज़र कई सिंगर हजरात आदमी मैं गिला ना करता पायालान तो उ कर गया आज मिल भी लेकिन क्या उन्होंने ताहिर अब्बास है और मैं हूँ गल कर स भाई इतना आवे सामने ये बिराज जरा जी मुरीदास ढोलक नवाज है ये भी कोई अनजान आदमी नहीं है इस म्यूजिक फील्ड के अंदर ਸ਼ੁਰੂ ਸ਼ੁਰੂ ਦੇ ਵਿੱਚ ਜਿਹੜੇ ਸ਼ਾਫਤ ਅਲੀ ਖਾਨ ਆਇਆ ਤੇ ਨਾਲੇ ਔਰ ਇਸ ਟਾਈਮ ਵੀ ਇੱਕ ਬੜੇ ਪਪੂਲਰ ਸਿੰਗਰ ਨਾਲੇ ਬੜੇ ਬੜੇ ਸਿੰਗਰਾਂ ਨਾਲੇ ਇਸ ਕੰਮ ਕੀਤਾ ਤੇ ਤੈਰਾਬਾਸ ਦਾ ਬਰਾਏ ਇਦੀ ਕੁਲ ਹਾਲ ਵਾਲ ਗਨੇ ਆ ਕਿ ਉਹਨਾਂ ਬੱਚਾ ਇੱਕ ਟਰਾਈ ਤੇ ਇਕਲੋਦਨ ਇੱਕ ਬੱਚਾ ਤਾਂ ਪਰਦਾ ਹੀ ਪਏ ਉਹ ਸਕੂਲ ਦੇ ਚ ਪਰਦਾ ਪਏ ਵਿਚਾਰਾ ਤੇ ਤੈਰਾਬਾਸ ਬੜਾ ਮੁਖਲਿਸ ਆਦਮੀ ਆ ਨਫੀਸ ਆਦਮੀ ਆ ਬਹੁਤ ਅੱਛਾ ਆਦਮੀ ਆ ਔਰ ਅਸਾਰੀ ਜ਼ਿੰਦਗੀ ਦੇ ਅੰਦਰ ਮੇਰੇ ਤੇ ਪਿਛਲੇ 10 ਸਾਲ ਤੋਂ ਦਾ ਤਾਲੁਕ ਆਈ ਔਰ ਪਿਛਲੇ 2 ਸਾਲ ਤੋਂ ਤਾਂ ਬਹੁਤ ক্লোਜ਼ ਆਈ ਔਰ ਅਸਾਰਿਆਂ ਨਾਲ ਤਾਂ ਹਾਸਾ ਮਜ਼ਾਕ ਉਹ ਐਸੀ ਐਸੀ ਕਰਨ ਵਾਲੀ ਕਹਾਣੀ ਕਿ ਬੰਦਾ सुन ही तो बता कैसा आदमी और हमेशा हंस वह हम मैं बीमारती हाँ तो मैंने फोन करके रोंद आई हो तो फिराक लौता मैं थोड़ा हाल हाल पुछ ना मुरीद बहुत दुख थी करी यार मेरे तो बर्दश्त बाहर एक गल बच्चों के बारे कह नहीं सोचा भाई कोई हुकूमत कोई आई सुना तो आई मैं भी हुकूमत आई है कोई इमद सुना है मैंने नोटिस इमदाद आई तो जो वार शराफत बने पे उन्होंने को ਇਤਨੇ ਤਾਂ ਨਿੱਨ੍ਹੇ ਕਿ ਸਾਡੇ ਕੋਲ ਫੈਤਾਕ ਹੋਣਾ ਹੈ ਤਨ ਦੀ ਆਪਣੀ ਲਾਲ ਚਾਹੀ ਉਹਨਾਂ ਦੀ ਕੋ ਚਿੰਗਚੀ ਸ਼ਰਾਫਤ ਦਿਖਲੋਤੀ ਚਿੰਗਚੀ ਮੰਗਦੇ ਆਦਨ ਉਸ ਦੌਰਾਨ ਅੱਛਾ ਜੇ ਉਦੇਸ਼ ਤਾਂ ਵਾਰੋ ਜੇ ਰੀਮਦਾ ਢੇਨੀ ਪਈ ਉਹਦੇ ਵਾਰੋ ਚਿੰਗਦੇ ਪੈ ਇਹਨਾਂ ਬੱਚਾਂ ਦੇ ਬਾਰੇ ਜਾਂ ਉਹਨਾਂ ਗਰੀਬਾਂ ਦੇ ਬਾਰੇ ਸ਼ਰਾਫਤ ਕੋਟੀਆਂ ਜਾਂ ਨਹਾਰ ਸੇ ਅੱਲਾ ਪਾਕ ਉਹਨਾਂ ਜਨਤਾ ਦੇ ਘਾਡੇ ਵੇ ਉਹ ਅਮੀਰ ਬੰਦਿਆਂ ਉਹਨਾਂ ਦਾ ਜਿੱਤੇ ਪੈਸਾ ਮੋਹਨ ਤੇ 10 ਲੱਖ ਰੁਪਈਆ ਉਹ ਘਾਡੇ ਕੀ ਗਏ ਭਈ ਇਹ 10 ਲੱਖ ਰੁਪਈਆ ਹੇ ਭਾਵੇਂ ਉਦੇਵਾਰਾਂ ਉਹਨਾਂ ਨੇ ਤੇ ਤੇ ਭਾਵੇਂ ਜਿੱਦੇ ਕੀਤੇ ਨੇ ਇਹ ਸਾਨੂੰ ਨਹੀਂ ਲੋ ਲੇਕਿਨ ਉਹਨਾਂ ਦੇ ਵਾਰਸ ਇੰਜ ਨਹੀਂ ਕੀਤੇ ਤੇ ਭਈ ਇਹ ਹੀ ਬੱਚੇ ਨੋਰਾ ਯਾਰ ਲੱਖ ਤਬ ਉਹ ਪਰੇ ਹੋਰ 2000 ਰੁਪਏ ਨਾ ਬੱਚਨ ਵਾਂ ਕਿ ਦੇ ਦੇਵਾ امداد ਕੋ ਮਿਲਦੀ ਪਈ ਤੇ ਨਾ ਬੱਚਨ ਉਹਨਾਂ ਕੋਈ ਸ਼ੇ ਹੀ ਨਹੀਂ ਦਿੱਤੀ ਆਖਰੀ ਗਰੀਬ ਬੰਦਿਆਂ ਇਹਨਾਂ ਦੇ ਨਾਲ ਹੱਕ ਬਣਦੇ ਉਹਨਾਂ ਦਾ ਅੱਜ ਤਾਈਂ ਕਹਿੰਨ ਕਹਿੰਦੇ ਬੰਦੇ ਉਹਨਾਂ ਚੁਨੀਆ ਕਹਿੰਦੇ 103000 ਤਰ੍ਹਾਂ ਬਾਦ ਬਚੰਦੇ 20000 ਮਰੀਦਪਾਸ ਇਹ ਵੀ ਹੈ ਕਿ ਮੀਆਂਵਾਲੀ ਔਰ ਜ਼ਿਲ੍ਹਾ ਭਾਰਤ ਵਿੱਚ ਵੈਸੇ ਪੋਸਟਾਂ ਤੋਂ ਬਹੁ ਲੋਕ ਲੈਣਾ ਕਿ ਗਰੀਬ ਦੀ ਇਮਾਰਤ ਕਰੋ ਮੈਂ ਆਪਣੇ ਆਪ ਨੂੰ ਵੀ ਬਰਾਬਰ ਦੇ ਸ਼ਰੀਕ ਕਿਉਂਕਿ ਮੈਨੂੰ ਵੀ ਅੱਜ ਖਿਆਲ ਆ ਗਿਆ ਹੈ ਹਾਲਾਂਕਿ ਮੈਂ ਤਾਂ ਪਹਿਲੀ ਜਹਤ ਮੇ ਕੋ ਪਤਾ ਹੀ ਲੇਕਿਨ ਤੈਨੂੰ ਪਤਾ ਮੈਂ ਇੱਕ ਬਿਮਾਰੀ ਚ ਗੁਜ਼ਰਾਂ ਸੀ ਥਰੋਮਬੋਨਸਟਾਰਮ ਲੇਕਿਨ ਮੇ ਕੋ ਵਲਾਵਲਾ ਕੇ ਤਰਬਾਸ ਦੀ ਚਿਹਰਾ ਜੋ ਲੰਦਾਈ ਅਨਵਾਰ ਦਾ ਮਕਦਰ ਡੇੜੇ ਬੰਦੇ ਸੀ ਬਿਚਾਰੇ ਇਸ ਹਾਦਸੇ ਦੇ ਵਿੱਚ ਉਹ ਹੋ ਗਏ ਕਿਆ ਹਕੂਮਤ ਵਕ ਸਰਕਾਰੀ ਕੋਈ ਡਿਪਟੀ ਕਮਿਸ਼ਨਰ ਆਫਿਸ ਜਾਂ ਉਸ ਚਲਾਵਾ ਕੋਈ ਮੀਅਲ ਜਿਹੜੇ ਅਮੀਰ ਕਬੀਲ ਲੋਗ ਹਨ ਉਹਨਾਂ ਨੇ ਕੋਈ ਨਹੀਂ ਆਖ ਬਿਆਰੇ ਜੋ ਬੰਦਾ ਮਰ ਗਿਆ ਔਰ ਇਹ ਤਾਂ ਪੂਰੇ ਇਲਾਕੇ ਤੇ ਖਿਦਮਤ ਕਰਦਾ ਆ ਤਰਬਾਦ ਤਰਬਾਦ ਜੀ ਬਿਲਕੁਲ ਪੂਰੇ ਇਲਾਕੇ ਦੀ ਖਿਦਮਤ ਕਰਦਾ ਹੈ ਜਿਹੜਾ ਦੇ ਕੋਲ ਪਠਾਨਾਂ ਦੇ ਰਹਿੰਦਾ ਹੈ ਅੱਲਾਹ ਪਾਕ ਉਹਨਾਂ ਨੇ ਜ਼ਿੰਦਗੀਆਂ ਦੇਵੇ ਸਭ ਕੁਝ ਉਹਨਾਂ ਕੀਤਾ ਹੈ ਹੋਰ ਕੋਈ ਸਿਆਸੀ ਜਾਂ ਕੋਈ ਬੰਦਾ ਸਾਡੇ ਕੋਲ ਫੈਤੀ ਨਹੀਂ ਲਗਾਇਆ ਬਈ ਇਤਨਾ ਵੱਡਾ ਹਾਸ ਹੋ ਗਿਆ ਉੱਥੇ ਗਏ ਨੇ ਮਦਦਾਂ ਨਹੀਂ ਦਿੱਤੀਆਂ ਨੇ ਸਭ ਕੁਝ ਉੱਥੇ ਕੀਤਾ ਨੇ ਇੱਥੇ ਕਹਿ ਨਹੀਂ ਆਣ ਕਿ ਆ ਕੇ ਜਾ ਰਹੀ ਗਰੀਬ ਬੰਦਾ ਚਲੋ ਸਾਡੇ ਸ਼ਾਰਦਾ ਇਹਨਾਂ ਦੇ ਕੋਲ ਨਾ ਕੋਈ ਬੰਦਾ ਨਹੀਂ ਆਇਆ ਬਿਲਕੁਲ ਕਹਿ ਨਹੀਂ ਪੁੱਛ ਕਹਿ ਨਹੀਂ ਪੁੱਛ ਉਹਦੇ ਆਪਣੇ ਜਿਹੜੇ ਪਠਾਣ ਉਹਨਾਂ ਨੇ ਅੱਲਾ ਪਾਕ ਬਹੁੜੇ ਉਹਨਾਂ ਸਭ ਕੁਝ ਰੋਟੀਆਂ ਹਰ ਛੇ ਉਹਨਾਂ ਕੀਤੀ ਸਾਰੀ ਕੀਤੀ ਦੇਹ ਦੇ ਕੋਲ ਰਾਂਦਾ ਦੇਹ ਦੇ ਕੋਲ ਰਾਂਦਾ ਸ਼ਰਾਫਤ ਖਾਨ ਆਪ ਜਿੰਦਾ ਹੋਵਿਆ ਤਾਂ ਉਹ ਤਾਂ ਉਹਦੇ ਨਾਲ ਜਿਹਨੇ ਮੋਏ ਤੇ ਉਹ ਬਚਵਿੰਦਾ ਤੋ ਤਬ ਬਹੁਤ ਹੋਰ ਛਾਇਆ ਹੁਣ ਜਿਹੜੇ ਉਹਦੇ ਵਾਰ ਉਸਨ कोई इमदाद मिलती आधे पैन शराफत खान दे जी बच्चन की इमदाद करो शराफत खान के बच्चा इमदाद न करें यो खा वो दे 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 चोड़े -चोड़े वो तो खा सकते हैं क्योंकि माशा उन्होंने वास्तव बहु कुछ करके गए सिर्फ जिक्र शराफत अली खान बच्चन के इना बच्चों के छोटे छोटे बच्चों का कोई जिक्र ही कौन नहीं जरा बोलता पे सिर्फ शराफत भाई नहीं इमद उसके बच्चा ने इमदाद देखो ओ उन्होंने नाल अनफौत होगन गरीबों के किराए के मकान निे बच्चे सारे ही बच्चे निे असा लाजमी करना है ना सारे जो बच्चे ने लेकिन उत्तू जहरी इमदाद को मिली जो कोई थिए वो खाली मैं तुम्हें अग्गे ही दस गया भ खाली आए तो वो चिंची तो मारू आएन शराफत खान चिंची मेरे बिहान गिनाद थी है उस तफसरे वो जी चिंची देवनी अस जी सूं तो नहीं पता चिंची तो उस गिद्ध शराफत गिदी कैं गिदी सू इस गाल इलुम कौन चिंची मैं सारा जल्द बिहार गया चिंची की सू कारी लड़ है असा को चलावनी हाँ खाली मैं थोड़ा द्याड़ा सा करो चौथे दिहाड़े पहुँच गए ਉਹਦੇ ਜਿਹੜੇ ਸਰਬਰਾਨ ਨਾਲ ਸ਼ਰਾਵਤ ਦੇ ਭਾਈ ਚਿੰਗਚੜੇ ਹਾਲੇ ਕੋਨਾ ਨਾਕ ਸਕਦੇ ਹਨ ਭਾਈ ਕੋਈ ਡਾੜਾ ਭਾਈ ਗੁਦਰੋਂ ਡੇ ਲੇਕਿਨ ਉਹ ਨਾਲ ਇੱਥੇ ਆਵਣ ਚਿੰਗਚੀ ਦਾ ਸਵਾਲ ਉਹਨਾਂ ਕੀਤਾ ਤਾਂ ਫੇਤ ਤੈਨ ਤਾਂ ਸਾਡੇ ਨਾਲ ਘਾਰੇ ਉਹਨਾਂ ਦਾ ਉਸ ਟਾਈਮ ਤੇ ਨਿੰਨ ਲੱਗਿਆ ਬਈ ਉਹਨਾਂ ਦੇ ਜਿਹੜੇ ਸਰਬਰਾਨ ਭਈ ਹੋਰ ਹਸਣ ਲੱਗੇ ਬਈ ਇੱਥੇ ਨੇ ਤੇ ਨਾਲ ਫੋਟ ਹਨ ਹੋਰ ਅਜੇ ਨਾ ਜਿਹੜੀ ਮੋਬਾਈਲ ਮੰਗੇ ਤੇ ਜ਼ੋਰੀ ਤੇ ਮੰਗੇ ਬਈ ਯਾਰ ਮੋਬਾਈਲ ਤੋ ਚੱਕੇ ਨੂੰ ਸਾਨੂੰ ਸਿਮਾ ਦੇ ਚਾਹਾਂ ਸਿਮ ਤਾਨ ਕਰਾਂ ਗਰੀਬ ਬੰਦਾ ਕਹਿੰਦਾ ਦੁਕਾਨ ਵਾਲੇ ਤੇ ਦੇਣਾ ਹੋਵੇ ਕਹਿੰਦਾ ਕੁਛ ਦੇਣਾ ਹੋਵੇ ਤੇ ਬੰਦਾ ਕੋ ਦੇ ਤਕ ਉਹ ਇਹ ਸਾਨੂੰ ਜੀ ਸਾਤ ਰਿਆਣਾ ਬਾਦ ਮਿਲੇ ਮੋਬਾਈਲ ਉਹ ਜਿਹਾ ਆ ਭਾਜ ਭਾਜ ਕੇ ਹਾਲ ਕਿਤਨਾ ਮੋਬਾਈਲ ਹੁਣ ਹੁਣ ਇਸ ਟਾਈਮ ਜਿਹੜੀ ਸੂਰਤ ਹਾਲ ਹੈ ਇਸ ਟਾਈਮ ਸੂਰਤ ਹਾਲ ਤਾਂ ਹੁਣ ਤਾਂ ਚਲੋ ਦਿਹਾੜੇ ਗੁਜ਼ਰ ਗਿਆ ਆਖਰੀ ਜ਼ਿੰਦਗੀ ਵੀ ਤੇ ਹੈ ਜ਼ਿੰਦਗੀ گزارਣੀ ਵੀ ਤੇ ਹੈ ਇਸ ਟਾਈਮ ਕੀ ਸੂਰਤ ਆਲੇ ਕੀ ਤੂੰ ਹੁਣ ਤਾਰੇ ਕੋਲ ਨਾ ਕਿਆ ਪੁੱਛਿਆ ਵੀ ਯਾਰ ਹੁਣ ਚਲੋ ਦਿਹਾੜੇ ਗੁਜ਼ਰ ਗਿਆ ਉਸ ਤੋਂ ਅਸੀਂ ਦੁੱਖ ਚਾ ਸੇ ਇੱਕ ਮਿੰਟ ਵਾਸਤੇ ਉਹ ਦੁੱਖ ਚਾ ਚਿੰਝ ਦੇ ਚਲੋ ਨਾ ਯਾਦ ਆਈ ਤਾਂ ਕੀ ਹੁਣ ਉਹਨਾਂ ਕੋਈ ਰਾਬਤਾ ਕੀਤੇ ਨੇੜੇ ਤੇ ਅੱਜ ਕੱਲ ਕਿ ਯਾਰ ਇਹ ਜੋ ਤਰਾ ਚਾਰ ਬੱਚੇ ਉਹ ਤੇ ਬਜਤੀਮ ਅਸਾਂ ਜੋ ਵਧਿਆ ਹੋਏ ਸਿਰ ਤੇ ਹੱਥ ਰੱਖ ਸਾਂ ਕੋਈ ਬੰਦਾ ਹੀ ਨਹੀਂ ਆਇਆ ਜੀ ਕੋਈ ਬੰਦਾ ਹੀ ਨਹੀਂ ਆਇਆ ਜੇ ਤਾਈ ਭਈ ਪੁੱਛਣ ਤਾਂ ਇੰਨੀ ਗੱਲ ਇੰਨੀ ਖਾਲੀ ਕੋਈ ਨਹੀਂ ਆਗਾ ਭਈ ਉਹਦੇ ਬੱਚੇ ਠੀਕ ਨੇ ਸਿਰ ਤੇ ਆਦਰ ਰੱਖਣ ਤਾਂ ਬਹੁ ਪਾਲ ਹੈ ਇੰਨੇ ਉਹਨਾਂ ਚ ਕਹਿ ਨਹੀਂ ਆਖਾ ਚ ਭਈ ਉਹਦੇ ਬੱਚੇ ਠੀਕ ਨੇ ਯਾਰ ਅਸਾਂ ਆਏ ਬੇਟੇ ਯਾਰ ਕੋਈ ਗੱਲ ਹੋਏ ਤਾਂ ਬੰਦਾ ਇੰਨੇ ਆਦਰ ਚ ਕੋ ਕਹਿ ਕੋਲ ਬੰਦਾ ਮੰਗਦਾ ਕੋਈ ਨਹੀਂ ਮਾਲਕ ਯਾਰ ਕਹਿ ਲੈਉਣ ਵਾਲਾ ਲੇਕਿਨ ਉਹਨਾਂ ਬੰਦਾ ਇੰਨੇ ਨਹੀਂ ਆਖਾ ਚ ਯਾਰ ਉਹਦੇ ਬੱਚੇ ਠੀਕ ਵਜੇ ਅਸਾਂ ਪਤਾ ਕਰਉਣਾ ਹੈ ਉਹਨਾਂ ਚ ਕੋਈ ਬੰਦਾ ਨਹੀਂ ਆਇਆ ਥੇ ਜੀ ਨਾਜ਼ਰੀਨ ਹੁਣ ਤੁਸੀਂ ਗੱਲ ਸੁਣ ਕੀਤੀ ਹੈ ਮਰੀਦ ਅਬਾਸ ਇਹ ਬੜਾ ਮਸ਼ਹੂਰ ਆਦਮੀ ਹੈ ਢੋਲਕ ਨਵਾਜ਼ੇ ਹੋਰ ਸਾਰੇ ਮੈਂ ਤੁਹਾਨੂੰ ਹਰ ਸਟੇਜ ਦੇ ਉੱਤੇ ਤੌਲਤ ਜਾ ਕੇ ਸ਼ਰਾਫਤ ਅਲੀ ਖਾਨ ਦੇ ਨਾਲ ਇਹ ਸਾਲ ਕਈ ਪ੍ਰੋਗਰਾਮ ਦੇ ਵਿੱਚ ਕਿਉਂਕਿ ਮੈਂ ਆਪ ਕੋ ਸ਼ਰਾਫਤ ਦੀ ਟੀਮ ਦਾ ਇਸ ਤਰ੍ਹਾਂ ਸਰ ਨਾਲ ਹੁੰਦਾ ਤੇ ਤੇਰ ਅਬਾਸ ਤੇ ਗੱਲ ਹੀ ਕੁਝ ਹੋ ਰਹੀ ਤੇ ਰਬਾਸ ਤਾਂ ਕੋਈ ਉਸ ਸਟੇਜ ਤੇ ਕੋਈ ਨਹੀਂ ਲੇਕਿਨ ਸਿਰਫ ਉਹ ਬਤੌਰ ਰਖਵਾਲਾ ਉੱਥੇ ਵੇਨ ਆਈ ਔਰ ਸਲਾਫਤ ਖਾਨ ਦੀ ਉਹ ਸਿਕਿਉਰਿਟੀ ਟੀਮ ਦਾ ਇੰਚਾਰਜ ਆਈ ਔਰ ਮੈਂ ਕਈ ਦਫਾ ਸੁਣ ਵਕਤਾਂ ਤੋਂ ਵਕਤਾਂ ਕਿਉਂ ਯਾਰ ਦਿਨ ਨਾਲ ਵਧਦੇ ਆ ਉਹਦੇ ਪਿੱਛੇ ਵਧੀ ਗੱਲ ਗੋਲੀ ਲੱਗ ਵੇ ਸੀ ਤੱਕੇ ਔਰ ਰੈਫਲ ਚੰਦ ਆਈ ਉਹ ਅਸਲੀ ਅਲੀ ਸਾਹਿਬ ਜਿਹੜੀ ਸਲਾਫਤ ਖਾਨ ਦੀ ਹੁੰਦੀ ਹਮੇਸ਼ਾ ਫਰੰਟ ਤੇ ਰਾਂਦਾ ਆਈ ਕਿ ਥਾਈ ਵੀ ਸਰ ਔਰ ਮੈਂ ਇੱਕ ਹੋਰ ਗੱਲ ਵੀ ਤੁਹਾਨੂੰ ਦੱਸਾਂ ਇਸ ਕਦਰ ਸ਼ਾਇਦ ਨਾ ਪਤਾ ਹੋ ਸੀ ਲੋਕਾਂ ਨੂੰ ਮੰਡੀ ਬਾਉ ਦਿਨ ਅੰਦਰ ਤਾਂ ਸਾਰੇ ਤੇ ਹੋ ਗਿਆ ਪਰਚਾ ਨਾ ਇਹ ਮੈਂ ਤੁਹਾਨੂੰ ਦੱਸਣਾ ਪੈਸ ਗੱਲ ਵਾਸਤੇ ਕਿ ਵਫਾ ਇਸ ਨੂੰ ਆਖ ਦੇਣ ਉਹ ਵਫਾਦਾਰ ਦੋਸਤ ਹੈ ਜਿਹੜਾ ਵਫਾ ਨੇ ਬਹਿਣਾ ਨੇ ਮੈਂ ਆਖਰੀਕਾਰ ਪਾਣੀ ਚ ਆਪੀ ਜਾਣ ਲੈ ਗਿਆ ਮੰਡੀ ਬਾਉ ਦਿਨ ਅੰਦਰ ਸਾਊਂਡ ਐਕਟ ਲਗਾਏ ਸਾਰੇ ਉਤੇ ਗੁਜ਼ਸਤਾ ਸਾਲ ਉਹਦੇ ਤੇ ਪਰਚਾ ਹੋਇਆ ਪਰਚਾ ਹੋਇਆ ਸਾਰੇ ਉਤੇ ਪਰਚਾ ਹੋਇਆ ਪੁਲਿਸ ਨੇ ਪੁੱਛਿਆ ਭਈ ਪੰਜ ਬੰਦੇ ਛੇ ਅਸਾਂ ਨਾਲ ਖਲੋਤੇ ਸੀ ਹਾਂ ਭਈ ਇਹਨਾਂ ਚ ਕਿਹੜਾ ਬੰਦਾ ਹੈ ਜਿਹੜਾ ਜਿਹੜੇ ਪਰਚਾ ਦੇ ਸਾਂ ਜਾਂ ਸ਼ਰਾਫਤ ਖਾਨ ਤੇ ਦਵਾ ਯਕੀਨ ਕਰੋ ਉਹ ਬੰਦਾ ਟੁਰਾ ਹੈ ਉਸੇ ਕ ਮੇਰੇ ਤੇ ਲੋਚਾ ਪਰਚਾ ਅਸਾ ਨੂੰ ਦੇਖ ਤੇ ਆ ਗਏ ਅਸਾ ਨਾ ਟੁਰੇ ਮੈਂ ਆਪੀ ਗਲੀ ਇਕੇ ਸਾ ਮੇਰੇ ਸਮੇਤ ਚਾਰ ਬੰਦੇ ਉਹ ਵਿਚਾਰੇ ਸ਼ਹੀਦ ਹੋ ਗਏਨ ਖੈਰ ਉਹ ਹੀ ਨਾਲ ਖਲੋਤੇ ਰ ਆ ਗਏ ਅਸਾ ਪੁਲਿਸ ਨੂੰ ਹੋਰ ਚੱਕਰ ਦੇ ਵਾਸਤੇ ਪੈਸਾ ਲੇਕਿਨ ਪੁਲਿਸ ਚੁੱਕੀ ਉਹ ਤੇ 15 ਤੇ ਕਾਲ ਹੋ ਗਈ ਫੇਰ ਇਹ ਨਾ ਕੀਤੀ ਤੇ ਇਹ ਦਾ ਭਾਈ ਖਲੋਤੇ ਇਹ ਵੀ ਮਰੀਦ ਆਸਤੂ ਹੀ ਮੌਜੂਦ ਆ ਯਾਦ ਇਹਨੂੰ ਮੌਜੂਦ ਹੈ ਮਰੀਦ ਇਸਲਾਮ ਮੌਜੂਦ ਹੈ ਔਰ ਉਸ ਬੰਦੇ ਨੇ ਆਪਣਾ ਸਨਤੀ ਕਾਰ ਡੇ ਤਪੂਸਕਾ ਸ਼ਰਾਵਤ ਖਾਨ ਤੇ ਪਰਚੀ ਆਪਣਾ ਮੇਰੇ ਤੇ ਲਿਓ ਉਸ ਪਰਚਾ ਜਲੇ ਉਹ ਵਿਚਾਰਾ ਇਥੂ ਉਸ ਤੋਂ ਬਾਅਦ ਉਮਦਾ ਦਿੱਥਈ ਮੈਂ ਤੋਂ ਨਾਦ ਸ਼ਾਉਦ ਖਾਨ ਕੋ ਕਰਦਾ ਸੀ ਸ਼ਾਉਦ ਖਾਨ ਦੀ ਖੁਰਤ ਮੈਂ ਉਹ ਤਰ੍ਹਾਂ ਪੇਸ਼ੇ ਤੇ ਗਿਆ ਸ਼ੁਦਾ ਹੁਣੀ ਮੈਂ ਜੁਆਨਾ ਮੰਡੀ ਬਾਉਦੀਨ ਕਿਉ ਵੈਨਾ ਵਕ ਤਿਆਰ ਪਾਉ ਨੂੰ ਨਹੀਂ ਪਤਾ ਕਿਹਲੇ ਪੁਲਿਸ ਮੈਂ ਨਾਪ ਗਿਨ ਸੀ ਤੇ ਸ਼ਰਾਫਤ ਖਾਨ ਤੇ ਮੈਂ ਨਾ ਉਹਨੇ ਦਾ ਇਹ ਐਸੇ ਦੋਸਤਾਂ ਹੁਣ ਤਰ ਉਹਦੀ ਕਬਰ ਦਿੱਤੀ ਵੈਨਾ ਤੋ ਕਬਰ ਵੀ ਦਿਖਵੈਨਾ ਉਥੂ ਤਰ ਤੱਕ ਕੈਮਰਾ ਕਲੋਸ ਕਰਕੇ ਜਾਉਦ ਗਨ ਸਾ ਇਹ ਤੇ ਬੱਚਨ ਮੈਂ ਰਿਕਵੈਸਟ ਕਰਸਾ ਨਿਗਰਾਨ ਚੁਗੋ ਕੇ ਸੈਟਅਪ ਚਲਦਾ ਪਏ ਵਜ਼ੀਰ ਆਜ਼ਮ ਸਾਹਿਬ ਔਰ ਵਜ਼ੀਰ ਆਲਾ ਸਾਹਿਬ ਕਿ ਖੁਦਾਰਾ ਇਹ ਅਸਲ ਅਸਲ ਇਹ ਹਕਦਾਰ ਇਹ ਅਸੋਲੇ ਠਾਕਦਾਰ ਕਿ ਇੱਕ ਯਤਿਮ ਰਾਗਨ ਕਿਰਾਏ ਦੇ ਮਕਾਨ ਦੇ ਵਿੱਚ ਰਹਾਨ ਇਹਨਾਂ ਦਾ ਵਾਲਿਦ ਤਾਹਿਰ ਅਬਾਸ ਉਰਫ ਤੈਰੂ ਫੌਤ ਹੋ ਗਿਆ ਸ਼ਰਾਫਤ ਖਾਨ ਦੀ ਗਰੀਦ ਵਿੱਚ ਆਈ ਮੈਸਰਾ ਬੜਾ ਕਰੀਬ ਬਹੁਤ ਨਫੀਸ ਆਦਮੀ ਆਈ ਅੱਛਾ ਆਦਮੀ ਆਈ ਔਰ ਖਿਦਮਤੀ ਆਦਮੀ ਹਰ ਆਦਮੀ ਦੀ ਉਸ ਖਿਦਮਤ ਕੀਤੀ ਕਦੀ ਉਹ ਪੈਸੇ ਨਾਲ ਲਾਲਚ ਨਹੀਂ ਹੁੰਦਾ ਮੈਂ ਆਪ ਉਸਨ ਕਈ ਦਫਾ ਡਿਠਾ ਸਾਰੇ ਜੋ ਨਾਲ ਬੰਦਾ ਆਈ ਲੇਕਿਨ ਮੈਗੋ ਰੋਵਣਾ ਦਾ ਪੈਣਾ ਬਚਣਾ ਕੋ ਦੇਖ ਕੇ ਯਾਰ ਇਹਨਾਂ ਦਾ ਕੋਣ ਕੇ ਕਰੇ ਸੀ ਜ਼ਰੂਰ ਜੀ ਕਬਰ ਉਤੇ ਵੇਨਾ ਉਤਵ ਤੌਰ ਕੋ ਲ ਜਾਉਤ ਗੇਨਸਾ जी नाजरीन था इस वक्त असम तो उन्होंने पहले घर मौजूद से तेरा वास्ते और एक है इस गरीब आदमी की जरा हमेशा शराफत खान के साथ नाल रहे और लेकिन अफसोस इस गल का है कि मेरे समेत किसी भी बंदे ने इधे बच्चा नहीं नीं डा और जिक्र नहीं किया और बाकी लोग नाराज भी थे हैं कि सिर्फ शराफत खान डिस्कस हो रहा है तो भई गल वजह यह आई कि देखो शराफत अली खान एक बहुत बड़ा ना आई सारा फिर आई ਅੱਲਾ ਪਾਕ ਉਸ ਮਗਫਰਤ ਦੇਵੇ ਲੇਕਿਨ ਇਹ ਵੀ ਸੱਚੀ ਗੱਲ ਹੈ ਕਿ ਉਹਦੇ ਨਾਲ ਵਾਲੇ ਛੇ ਬੰਦਾਂ ਦਾ ਵੀ ਡਿਸਕਸ ਕਰਨਾ ਚਾਹੀਦਾ ਹੈ ਔਰ ਉਹਨਾਂ ਦੇ ਬਾਰੇ ਦੱਸਣਾ ਚਾਹੀਦਾ ਅਨਵਾਰ ਅਲੀ ਖਾਨ ਆਈ ਉਹਦਾ ਛੋਟਾ ਭਾਈ ਆਈ ਉਸ ਤੋਂ ਇਲਾਵਾ ਆਮਿਰ ਖਾਨ ਕੁੰਦੀਆਂ ਚੂ ਆਈ ਮਲਕ ਇਸ਼ਫਾਕ ਮਿਆਣੇ ਖੂ ਚੂ ਆਈ ਨਜਫ ਖਾਨ ਉਹਨਾਂ ਦਾ ਆਪਣਾ ਕਜ਼ਨ ਆਈ ਔਰ ਮੁਕੱਦਰ ਖਾਨ ਜਿਹੜਾ ਇਹਨਾਂ ਦਾ ਬਹਿਨੋਈ ਹੈ ਸ਼ਰਾਫਤ ਖਾਨ ਦਾ ਉਹ ਲੇਕਿਨ ਮੈਂ ਸਮਝਣਾ ਕਿ ਅਗਰ ਲਿਸਟ ਬੜਾਈ ਬਣੇ ਹਕਦਾਰਾਂ ਦੀ ਤਾਂ ਸਾਰੇ ਹਕਦਾਰ ਤਹਿੰ ਅੱਲਾ ਪਾਕਿਸਤਾਨ ਜਨਤਾ ਝਾ ਦੇਵੇ ਲੇਕਿਨ ਤਾਹਿਰ ਆਪਾਸ ਦੀਦੀ ਮੈਂ ਕਬਰ ਉਤਣ ਮੌਜੂਦ ਆ ਇਸ ਨੇ ਵਫਾਵੰਦੀ ਹੱਥ ਕਰ ਦਿੱਤੀ ਔਰ ਹਮੇਸ਼ਾ ਸ਼ਰਾਵਤ ਖਾਨ ਦੇ ਹਰ ਔਖੇ ਟਾਈਮ ਦੇ ਵਿੱਚ ਨਾਲ ਰਿਹਾ ਪਰ ਚਵੀ ਜਲੇ ਸੋ ਉਹਨਾਂ ਦੇ ਪਿੱਛੇ ਔਰ ਰੈਫਰਾਂ ਵੀ ਉਹਨਾਂ ਦੇ ਪਿੱਛੇ ਚਾਹੀਏ ਲੇਕਿਨ ਕਿਸੇ ਬੰਦੇ ਵੀ ਸਰਕਾਰੀ ਸਤਤ ਤੇ ਵੀ ਅਗਰ ਕੋਈ امداد ਹੋਈ ਤਾਂ ਵੀ ਸਾਤ ਤੱਕ ਕੋਈ ਤਲਾਹਈ ਕੋਈ امداد ਅਗਰ ਹੋਈ ਵੀ ਹੈ ਤਾਂ ਉਹ ਕਿਨਾਂ ਲਖਨ ਕੀਤੀ ਉਸ ਚ ਇਲਾਵਾ ਵੀ ਸ਼ਰਾਫਤ ਤਰੀਖਾਨ ਅਗਰ ਆਪ ਜਿੰਦਾ ਹੁੰਦਾ ਤਾਂ ਸ਼ਾਇਦ ਇਹ ਸੂਰਤ ਹਾਲ ਨਾ ਪੈਦਾ થઈ ਹੋਵੇ ਆ ਦੁੱਖ ਇਸ ਗੱਲ ਦਾ ਹੈ ਜਿਹੜੀ ਪਹਿਲੇ ਦਫਾ ਹੀ ਕਰ ਗਿਆ ਹੈ ਕਿ ਯਾਰ ਕਮਜ਼ ਕਮ ਉਧੇ ਜਿਹੜੇ ਲਵਾਹੀਕੀਨ ਮੌਜੂਦ ਬਚ ਗਏ ਹਨ ਪਛੇ ਉਹਨਾਂ ਦਾ ਹੱਕ ਬੜਦਾ ਹੈ ਕਿ ਕਮਜ਼ ਕਮ ਤੇ ਬਚਨ ਸਿਤ ਤੱਕ ਆ ਕੇ ਹੱਥ ਰੱਖੇ ਨਾ ਕਿ ਇਹ ਕਹਿੰਦੇ ਪਿੱਛੇ ਸ਼ਹੀਦ ਹੋ ਗਿਆ ਤਹਿਰਾਬਾਜ਼ ਉਮੀਦ ਕਰਦਾ ਕਿ ਹਕੂਮਤ ਵਕਤ ਰਿਕੁਐਸਟ ਹੈ ਕਿ ਪੰਜਾਬ ਵਿੱਚ ਨਿਗਰਾਨ ਗਵਰਨਮੈਂਟ ਹੈ ਔਰ ਵਫਾਕ ਖੁਦਾਰਾ ਇਸ ਸੁਰਤ ਹਾਲ ਦਾ ਨੋਟਿਸ ਕੀਤਾ ਵੰਨੇ ਇਸ ਹਾਦਸੇ ਦੇ ਅੰਦਰ ਇਤਨੇ ਲੋਕ ਵੀ ਸਹੇਦ ਹੋਏ 6 ਹੋਰ ਲੋਕ ਵੀ ਮੌਜੂਦ ਹਨ ਸ਼ਰਾਫਤ ਅਲੀ ਖਾਨ ਆਈ ਔਰ ਹੋਰ ਇਤਨੇ ਲੋਕਾਂ ਉਹਨਾਂ ਦੇ ਬੱਚਾਂ ਦਾ ਉਹਨਾਂ ਦੇ ਘਰ ਦਾ ਪਤਾ ਕੀਤਾ ਵੰਨੇ ਕਿ ਇਹਨਾਂ ਦਾ ਹੁੰੜਾ ਹੈ ਕਿਸ ਤਰੀਕੇ ਨਾਲ ਇਹ ਤਾਂ ਖਲ ਚੱਲਦਾ ਪਿਆ ਹੈ ਕੰਮ ਫਾਕਾ ਤੇ ਆ ਗਿਆ ਹੈ ਛੋਟੇ ਛੋਟੇ ਬੱਚੇ ਸਕੂਲਾਂ ਚ ਵਹਨੇ ਸਕੂਲ ਵੀ ਐਫਰ ਹੋ ਗਏ ਹਨ ਘਰਾਂ ਚੋ ਰੋ ਗਏ ਹਨ ਕਿਉਂਕਿ ਇਹਨਾਂ ਜ਼ਾਹਿਰ ਜਨ ਦੇ ਵਾਲਦਾਂ ਵਾਲਿਦ ਲਗਵੰਨੇ ਉਹ ਕਿਹੜੇ ਕੰਮ ਦੇ ਹੋਣਨ ਮੈਂ ਬਸ ਉਮੀਦ ਕਰ ਰਿਹਾ ਕਿ ਹਕੂਮਤ ਸਾਰੀ ਜਿਹੜੀ ਉਹਦੇ ਤੋਂ ਨੋਟਿਸ ਗਿਨਸੀ ਆਰਮੀ ਚੀਫ ਨੇ ਵੀ ਰਿਕੁਐਸਟ ਹੈ ਸੁਪਰੀਮ ਕੋਰਟ ਤੇ ਚੀਫ ਜਸਟਿਸ ਨੇ ਵੀ ਰਿਕੁਐਸਟ ਹੈ ਬਾਕੀ ਸਾਰੇ ਜਿਹੜੇ ادارے ਹਨ ਡੀਸੀ ਸਾਹਿਬ ਬਿਹੋਰਨ ਕਿ ਖੁਦਾਰਾ ਇਸ ਜੈਸੇ ਜਿਹੜੇ ਉਸ ਹੱਥ ਦੇ ਵਿੱਚ ਜਿਹੜੇ ਬੱਚੇ ਬੰਦੇ ਜਾਂ ਬਾਕ ਹੋ ਗਏਨ ਸ਼ਹੀਦ ਹੋ ਗਏਨ ਉਹਨਾਂ ਦੇ ਲਵਾਹੀਕੀਨ ਦੇ ਸਾਈਂ ਥੀ ਥੀ ਉਹ ਉਹਨਾਂ ਦੇ ਬੱਚਨ ਦੇ ਸਿੱਧਾ ਹੱਥ ਰੱਖੋ ਤਾਂ ਕਿ ਉਹਨਾਂ ਦੇ ਬੱਚ ਨੂੰ ਹੌਸਲਾ ਆਵੇ ਇਹ ਤਾਂ ਹਾਦਸਾ ਹੋ ਗਿਆ ਉਹ ਤਾਂ ਹੋ ਜੁਗਿਆ ਮੇਰੇ ਨਾਲ ਮੌਜੂਦ ਇਹਨਾਂ ਸਾਰੇ ਕੈਮਰਾਮੈਨ ਪ੍ਰੋਡਿਊਸਰ ਇਮਰਾਨ ਅਲੀ ਔਰ ਤਹਿਰਬਾਸ ਤੇ ਭਾਈ ਮਰੀਦ ਅਬਾਸ ਅਸਦ ਭਾਈ ਵੀ ਹੁਣਾਈਂ ਜੀ ਇਹ ਵੀ ਨਾਲ ਉਹਨਾਂ ਮੈਨੂੰ ਡਿਠਾ ਤਈ ਮੇਰੇ ਕੋਲ ਬੋਲਾ ਨਹੀਂ ਵੰਦਾ ਪਿਆ ਕਿਉਂਕਿ ਇਹ ਵੀ ਸਾਰ ਨਾਲ ਟੀਮ ਦਾ ਹਿੱਸਾ ਹਨ ਔਰ ਤਹਿਰਬਾਸ ਨੂੰ ਜ਼ਿਆਦਾ ਜਾਣੇ ਉਹ ਵੀ ਥੈਨ ਇਹਨਾਂ ਦੇ ਬੱਚੇ ਥੇ ਮੌਜੂਦ ਹਨ ਤਾਂ ਕੈਮਰਾਮੈਨ ਇਮਰਾਨ ਅਲੀ ਦੇ ਨਾਲ ਮੈਨੂੰ ਜੀ ਸੇ ਇਜਾਜ਼ਤ ਉਮੀਦ ਕਰਸਾਂ ਕਿ ਜ਼ਰੂਰ ਅਸਰਜੈਂਸੀ ਇਜਾਉਤ ਦੇ ਸੋਜੀ ਦੇਖ ਤੇਰਾ ਸੋ ਨਮਾਇਸ਼ਰ ਨਿਊਜ਼ ਅੱਲਾ ਹਫਿਜ਼